ਸ੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਵੀਡੀਓ ਲੈ ਕੇ ਆਏ ਆ ਜਿਹੜਾ ਪੁਰਾਣੇ ਸਟਾਈਲ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਪਰਨਾ ਬੰਨਿਆ ਜਾਂਦਾ ਸੀ, ਇਹ ਟਕਸਾਲੀ ਦਸਤਾਰ ਜਾਂ ਗੋਲ ਦਸਤਾਰ ਪਰਨਾ ਵੀ ਕਹਿ ਸਕਦੇ ਆ। ਸੋ ਕਿਸ ਤਰੀਕੇ ਦੇ ਨਾਲ ਬੰਨਣਾ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ। ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਆਪਣਾ ਯੂਟਿਊਬ 'ਤੇ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ। ਜੇਕਰ ਫੇਸਬੁੱਕ 'ਤੇ ਵੀਡੀਓ ਦੇਖ ਰਹੇ ਹਾਂ ਤਾਂ ਆਪਣੇ ਜਿਹੜਾ ਪੇਜ ਆ ਉਹਨੂੰ ਫੋਲੋ ਜ਼ਰੂਰ ਕਰ ਦਿਓ। ਇਸ ਤਰ੍ਹਾਂ ਪਹਿਲਾਂ ਸਭ ਤੋਂ ਪਹਿਲਾਂ ਇੱਦਾਂ ਇਹਨੂੰ ਅੰਦਰ ਮੋੜ ਦੇਣਾ, ਐਵੇਂ ਮੋੜ ਕੇ ਜਿਹੜਾ ਬੰਦ ਪਾਸਾ ਉਹ ਥੱਲੇ ਵਾਲੀ ਸਾਈਡ ਰੱਖਣਾ ਆਪਾਂ। ਥੱਲੇ ਵਾਲੀ ਸਾਈਡ ਰੱਖ ਕੇ ਦੇਖੋ ਖੁੱਲ੍ਹਾ ਪਾਸਾ ਇੱਧਰ ਆ ਗਿਆ, ਹੁਣ ਇਹ ਉੱਪਰ ਵਾਲੀ ਸਾਈਡ ਆ ਜੂ, ਜਿਹੜਾ ਬੰਦ ਪਾਸਾ ਇਹ ਬੈਕ ਸਾਈਡ 'ਤੇ ਲੈ ਜਾਓ। ਇਹ ਇਸ ਤਰੀਕੇ ਦੇ ਨਾਲ ਐਵੇਂ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਫੜ ਕੇ ਇਹਨੂੰ, ਜਿਹੜੇ ਜੂੜਾ ਆਪਣਾ ਉਹ ਤੁਸੀਂ ਸੈਂਟਰ ਤੋਂ ਮਗਰ ਕਰਨਾ ਥੋੜ੍ਹਾ ਜਿਹਾ, ਠੀਕ ਆ। ਸੈਂਟਰ ਤੋਂ ਤਾਂ ਮਗਰ ਕਰਨਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਗੋਲ ਦਸਤਾਰ ਆ ਉਹ ਬੰਨੀ ਜਾਵੇ। ਕਾਨੇ ਦੇ ਵਿੱਚ ਆਪਾਂ ਕਵਰ ਕਰ ਲਵਾਂਗੇ ਜੀ। ਇੱਥੋਂ ਦੇਖੋ ਪਹਿਲਾਂ ਐਵੇਂ ਕਰਕੇ ਦੋਵੇਂ ਕੰਨੀਆਂ ਇੱਥੋਂ ਖਿੱਚ ਲਾਂਗੇ, ਠੀਕ ਆ। ਇੱਥੋਂ ਕੰਨੀਆਂ ਖਿੱਚਣ ਤੋਂ ਬਾਅਦ ਜਿਹੜਾ ਆਹ ਕੱਪੜਾ, ਆਹ ਜਿਹੜਾ ਕੱਪੜਾ ਇੰਨਾ, ਇਹਨੂੰ ਆਪਾਂ ਅੰਦਰ ਮੋੜ ਦਾਂਗੇ ਇੱਥੇ, ਠੀਕ ਹੈ ਜੀ। ਅਤੇ ਬਾਹਲੇ ਭਰਾ ਇੱਥੋਂ ਗਲਾਈ ਦੇ ਵਿੱਚ ਸ਼ੇਪ ਰੱਖਦੇ ਆ, ਉਹ ਗਲਾਈ ਦੇ ਵਿੱਚ ਨਹੀਂ ਰੱਖਣੀ, ਇਸ ਤਰੀਕੇ ਦੇ ਨਾਲ ਹੀ ਰੱਖਣੀ ਹੈ, ਠੀਕ ਹੈ ਜੀ। ਇੱਥੋਂ ਮਾੜਾ ਜਿਹਾ ਇੱਥੇ ਬੈਂਡ ਪਾ ਕੇ ਆਪਾਂ ਲੜ ਐਵੇਂ ਲਗਾ ਦੇਵਾਂਗੇ। ਜਿਹੜਾ ਸੈਰ ਆ ਉਹ ਆਪਣਾ ਪਹਿਲੇ ਲੜ ਦੇ ਨਾਲ ਹੀ ਕਵਰ ਹੋ ਜਾਊਗਾ। ਇਸ ਤੋਂ ਬਾਅਦ ਦੇ ਵਿੱਚ ਕੀ ਕਰਨਾ, ਜੇਕਰ ਤੁਹਾਡਾ ਪਹਿਲਾਂ ਲਾੜ ਆ ਜਿਹੜਾ ਉਹ ਬਾਹਲਾ ਵੱਧਦਾ ਹੋਵੇ, ਜਿਵੇਂ ਮੰਨ ਲਓ ਆਪਣਾ ਆਹ ਥੱਲੇ ਦਿਖ ਰਿਹਾ, ਇਹਨੂੰ ਆਪਾਂ ਅੰਦਰ ਰੱਖ ਕੇ ਇਹਦੇ ਅਤੇ ਇਹਦੇ ਉੱਤੋਂ ਦੀ ਲੜ ਲਾ ਦੇਵਾਂਗੇ, ਠੀਕ ਹੈ ਜੀ। ਇਹਨੂੰ ਕਵਰ ਕਰ ਦੇਣਾ ਤਾਂ ਕਿ ਦਿਸੇ ਜੇ ਨਾ ਵਾਲਾ। ਇਹਦੇ ਵਿੱਚ ਹਲਕੇ ਹਲਕੇ ਵੱਟ ਪਾਉਣੇ ਆ ਅਤੇ ਲੜ ਫਿਰ ਇਹਦੇ ਵਿੱਚ ਵੀ ਗਲਾਈ ਦੇ ਨਾਲ ਹੀ ਗਲਾਈ 'ਚ ਹੀ ਲੱਗ ਜਾਣੇ ਆ। ਕੋਈ ਵੀ ਲੜ ਇਹਦੇ 'ਚ ਐਵੇਂ ਨਹੀਂ ਹੈਗਾ ਉੱਤੇ ਥੱਲੇ ਨਹੀਂ ਕਰਨਾ, ਗਲਾਈ ਦੇ ਵਿੱਚ ਲੜ ਲੱਗੀ ਜਾਣਗੇ, ਥੱਲਿਓਂ ਉੱਪਰ ਵੱਲ ਨੂੰ ਹੌਲੇ ਹਲਕੇ ਹਲਕੇ ਉੱਪਰ ਵੱਲ ਨੂੰ ਜਾਂਦੇ ਜਾਣਗੇ, ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਹਲਕਾ ਉੱਚਾ ਨੀਵਾਂ ਹੋ ਗਿਆ। ਇਹ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਕਿਵੇਂ ਸੈਟਿੰਗ ਕਰਨੀ ਹੈ ਇਹਦੀ, ਇਹ ਸੈਟਿੰਗ ਬਾਅਦ ਦੇ ਵਿੱਚ ਹੋ ਜੂਗੀ। ਅਤੇ ਬਾਅਦ ਦੇ ਵਿੱਚ ਆਪਾਂ ਕਰਾਂਗੇ ਦੋਵੇਂ ਪੱਲੇ ਥੱਲੇ ਵਾਲੀ ਸਾਈਡ ਤੋਂ ਇਕੱਠੇ ਕਰਕੇ ਇਸ ਤਰੀਕੇ ਦੇ ਨਾਲ, ਇੱਕ ਤੋਂ ਬਾਅਦ ਇੱਕ ਲੜ ਇੱਧਰਲੀ ਸਾਈਡ ਤੋਂ ਆਪਾਂ ਉੱਚੇ ਚੱਕਦੇ ਜਾਵਾਂਗੇ, ਹਲਕੇ ਹਲਕੇ ਇੱਥੋਂ ਉੱਚੇ ਚੱਕਦੇ ਜਾਵਾਂਗੇ। ਅਤੇ ਜਿਹੜੀ ਆਹ ਸਾਈਡ ਆ ਇਹ ਆਪਣੀ ਬਾਹਰਲੀ ਸਾਈਡ ਨੂੰ ਆਉਂਦੀ ਜਾਊਗੀ। ਤੁਸੀਂ ਦੇਖਿਆ ਹੋਣਾ ਗੋਲ ਦਸਤਾਰ ਜਿਹੜੀ ਹੁੰਦੀ ਆ ਬੰਨੀ ਵੀ ਉਹ ਕਿਸ ਤਰੀਕੇ ਦੇ ਨਾਲ ਹੁੰਦੀ ਹੈ। ਇੱਥੋਂ ਅਗਲਾ ਲੜ ਫੇਰ, ਇਹ ਸਭ ਤੋਂ ਸੌਖਾ ਤਰੀਕਾ, ਸਭ ਤੋਂ ਸੌਖਾ ਅਤੇ ਆਸਾਨ ਤਰੀਕਾ, ਕਿਉਂਕਿ ਇੱਕ ਤਾਂ ਇਹ ਬੰਨਣਾ ਸੌਖਾ, ਦੂਸਰਾ ਇਹਦੇ ਵਿੱਚ ਆਪਣੇ ਜ਼ਿਆਦਾ ਕੰਨ ਵਗੈਰਾ ਵੀ ਆ ਜਿਹੜੇ ਨਹੀਂ ਦੁਖਦੇ। ਬਾਕੀ ਇਹਦੀ ਸ਼ੇਪ ਤੁਹਾਨੂੰ ਪਤਾ ਹਲਕੀ ਜਿਹੀ ਉੱਪਰ ਵਾਲੀ ਸਾਈਡ ਤੋਂ ਸਾਰੇ ਪਾਸੋਂ ਇਹ ਜਿਵੇਂ ਬਾਹਰਲੀ ਸਾਈਡ ਨੂੰ ਸ਼ੇਪ ਹੁੰਦੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਇਹ ਤੁਸੀਂ ਲਾਸਟ ਦੇ ਵਿੱਚ ਦੇਖੋਗੇ ਬਹੁਤ ਵਧੀਆ ਸ਼ੇਪ ਆ ਜਿਹੜੀ ਉਹ ਬਣੂਗੀ ਗੋਲ ਦਸਤਾਰ ਦੀ। ਅਤੇ ਸਭ ਤੋਂ ਸੌਖਾ ਤਰੀਕਾ ਇਸ ਟਾਈਮ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ, ਕੱਪੜੇ ਦੀ ਲੈਂਥ 5 ਮੀਟਰ ਅਤੇ ਜਿਹੜਾ ਇਹਦਾ ਕੱਪੜਾ ਹੈਗਾ, ਕੱਪੜਾ ਇਹਦਾ ਹੈਗਾ ਗਾ ਜਿਹੜਾ ਆਪਾਂ ਸਪੈਸ਼ਲ ਪਰਨਾ ਦੇ ਵਿੱਚ ਵਰਤਦੇ ਹਾਂ, ਠੀਕ ਹੈ ਜੀ। ਆਹ ਜਿਹੜਾ ਲਾੜ ਆ ਇਹ ਆਪਾਂ ਇੱਥੇ ਅੰਦਰ ਹੀ ਵਿੱਚ ਮੋੜ ਦੇਵਾਂਗੇ। ਅਤੇ ਫਿਰ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਫਰੰਟ ਤੋਂ ਸ਼ੇਪ। ਅਤੇ ਜਦੋਂ ਇੰਨਾ ਆਪਣਾ ਬੰਨੀ ਗਈ ਦਸਤਾਰ ਆਪਾਂ ਕੀ ਕਰਨਾ ਗਾ ਲਾਸਟ ਦੇ ਵਿੱਚ, ਇੱਥੋਂ ਆ ਜਿਹੜਾ ਮੱਥਾ ਉੱਤੇ ਚੱਕ ਦੇਣਾ, ਠੀਕ ਹੈ ਜੀ, ਤਾਂ ਕਿ ਵਧੀਆ ਆਪਣੀ ਮੱਥੇ ਤੋਂ ਉੱਚੀ ਦਸਤਾਰ ਹੋਊਗੀ, ਸ਼ੇਪ ਹੋਰ ਸੋਹਣੀ ਲੱਗੂ, ਜ਼ਿਆਦਾ ਸੋਹਣੀ ਲੱਗੂ ਸ਼ੇਪ। ਅਤੇ ਤੁਸੀਂ ਦੇਖ ਸਕਦੇ ਹੋ ਗੋਲ ਪਰਨਾ ਦਸਤਾਰ ਆਪਣੀ ਬੰਨੀ ਜਾ ਚੁੱਕੀ ਆ ਮੱਥੇ ਦੇ ਉੱਤੇ ਚੱਕ ਕੇ, ਅਤੇ ਬਾਹਲੀ ਜ਼ਿਆਦਾ ਵੀ ਨਹੀਂ ਚੱਕਣੀ। ਅਤੇ ਤੁਸੀਂ ਦੇਖੋ ਅਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਨਾ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ। ਅਤੇ ਤੁਸੀਂ ਵੀ ਸੌਖੇ ਤਰੀਕੇ ਦੇ ਨਾਲ ਐਵੇਂ ਹੋਰ ਦਸਤਾਰ ਕਿਸੇ ਵੀ ਤਰ੍ਹਾਂ ਦੀ ਸਿੱਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ, ਧੰਨਵਾਦ, ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ।